ਮਾਮਲਾ ਇਹ ਹੈ ਸਾਜੀ ਬੱਚੇ ਦੀ ਭਰਤੀ ਕਰਾਉਣ ਸੰਬੰਧੀ ਸੀਗਾ ਜੀ ਤੇ ਸਾਡੇ ਨਾਲ ਧੋਖਾ ਹੋਇਆ ਸਾਨੂੰ ਘਰਸ਼ੰਕਰ ਵੀ ਅਸੀਂ ਗਏ ਜੀ ਘਰਸ਼ੰਕਰ ਵੀ ਸਾਡੀ ਜਿੰਨੀਕ ਮਦਦ ਹੋਣੀ ਸੀਗੀ ਪੁਲਿਸ ਵਾਲਿਆਂ ਨੇ ਕੀਤੀ ਏ ਥੋੜੇ ਬਹੁਤ ਪੈਸੇ ਸਾਨੂੰ ਦੁਆਏ ਆ ਫਿਰ ਬਾਕੀ ਪੈਸੇ ਸਾਡੇ ਰਹਿੰਦੇ ਸੀਗੇ ਸਾਨੂੰ ਉਹ ਮਿਲੇ ਨਹੀਂ ਜੀ ਤੇ ਅਸੀਂ ਫਿਰ ਵਿਜੀਲੈਂਸ ਵਿੱਚ ਰਿਪੋਰਟ ਕੀਤੀ ਤੇ ਉੱਥੇ ਜਾ ਕੇ ਉਹਨਾਂ ਨੇ ਸਾਨੂੰ ਸੱਦਿਆ ਬੁਲਾਇਆ ਬੁਲਾਉਣ ਦੇ ਬਾਵਜੂਦ ਤੇ ਉਹ ਬੰਦੇ ਹੁਣ ਅਰੈਸਟ ਹੋ ਗਏ ਜੀ ਇਹ ਕਦੋਂ ਦਾ ਮਾਮਲਾ ਹੈ ਤੁਸੀਂ ਕਦੋਂ ਕੰਪਲੀਟ ਕੀਤੀ ਸੀ ਕਿ ਕਦੋਂ ਤੁਹਾਡੇ ਨਾਲ ਇਹ ਫਰਜੀ ਘਟਾਲਾ ਹੋਇਆ ਸੀ 2021 ਵਿੱਚ ਇਹਨਾਂ ਨੂੰ ਪੈਸੇ ਦਿੱਤੇ ਸੀ ਜੀ ਅਸੀਂ ਤੇ ਉਹ ਤੋਂ ਬਾਅਦ ਵਿੱਚ ਪਿਛਲੇ तकरीबन 10 ਮਹੀਨਿਆਂ ਤੋਂ ਮੈਂ ਰਿਪੋਰਟ ਕੀਤੀ ਸੀ ਜੀ 10 ਮਹੀਨੇ ਦੇ ਬਾਅਦ ਵਿੱਚ ਵੱਲ ਗੜਸ਼ੰਕਰ ਰਿਪੋਰਟ ਕੀਤੀ ਜੀ ਥਾਣੇ 'ਚ ਉਹ ਤੋਂ ਬਾਅਦ ਵਿੱਚ ਜਿੰਨੇ ਪੈਸੇ ਮਲੇ ਸਾਨੂੰ ਮਿਲੇ ਉਹ ਤੋਂ ਬਾਅਦ ਵਿੱਚ ਵੀ ਨਹੀਂ ਗੱਲ ਬਣੀ ਤੇ ਅਸੀਂ ਫਿਰ ਵਿਜੀਲੈਂਸ ਵਾਲਿਆਂ ਨੂੰ ਦੱਸਿਆ ਜਾ ਕੇ ਜੀ ਉੱਥੇ ਕੰਪਲੀਟ ਤੁਹਾਡੇ ਸੰਪਰਕ ਵਿੱਚ ਕਿੱਦਾਂ ਆਏ ਇਹ ਜਿਹੜੇ ਵਿਅਕਤੀ ਸੀਗੇ ਜਿਹੜਾ ਫਰਾਡ ਕਰਦੇ ਹੈਗੇ ਇਹ ਕਿਸੇ ਰਿਸ਼ਤੇਦਾਰ ਨੇ ਸਾਨੂੰ ਇਹ ਕਹ ਦਿੱਤਾ ਸੀਗਾ ਜੀ ਫੀਦਰ ਕਰਕੇ ਭਰਤੀ ਹੋਣੀ ਹੈ ਤੇ ਤੁਸੀਂ ਐਨੇ ਕ ਪੈਸੇ ਲੱਗਣੇ ਹੈ ਕਿ ਤੁਸੀਂ ਅੱਧੇ ਪੈਸੇ ਪਹਿਲੇ ਦੇ ਦਿਓ ਤੇ ਹੁਣ ਤੁਸੀਂ ਫੜ ਬੰਦੇ ਫੜ ਹੋ ਗਏ ਦੋ ਤੁਸੀਂ ਕੀ ਮੰਗ ਕਰਦੇ ਪੰਜਾਬ ਸਰਕਾਰ ਤੋਂ ਜਾਂ ਬਿਜਲੀ ਉਸ पे ਭਾਅ ਅਸੀਂ ਇਹ ਮੰਗ ਕਰਦੇ ਕਿ ਸਾਨੂੰ ਸਾਡੇ ਪੈਸੇ ਦਵਾਈ ਜਾਣ ਜੀ ਸਾਡੇ ਬੱਚਿਆਂ ਦੀ ਭਰਤੀ ਤਾਂ ਨਹੀਂ ਹੋਈ ਸਾਡੇ ਬੱਚਿਆਂ ਦੇ ਪੈਸੇ ਜਿਹੜੇ ਗਏ ਉਹ ਸਾਨੂੰ ਦਵਾਈ ਜਾਣ ਜੀ ਤੁਹਾਡੇ ਕਿੰਨੇ ਪੈਸੇ ਅਸੀਂ ਤਕਰੀਬਨ ਮੇਰੀ ਟੋਟਲ ਰਕਮ ਜੀ 275000 ਰੁਪਏ ਹੈ ਤੇ ਅਗਲੇ ਹੁਣ ਤੁਸੀਂ ਕੀ ਪੈਸੇ ਦੀ ਮੰਗ ਕਰਦੇ ਜਾਂ ਸਰਕਾਰੋਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਵੀ ਹੋਣੀ ਚਾਹੀਦੀ ਜੀ ਸਾਨੂੰ ਪੈਸਾ ਵੀ ਮਿਲਣਾ ਚਾਹੀਦਾ ਉੱਥੇ ਇਸ ਸਬੰਧ ਦੇ ਵਿੱਚ ਸਾਡੇ ਨਾਲ ਪਿੰਡ ਨਗਰਾਂ ਦੇ ਸਰਪੰਚ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਮੌਜੂਦ ਨੇ ਮੋਹਨ ਸਿੰਘ ਥੜਾ ਜੀ ਥੜਾ ਜੀ ਤੁਹਾਡੇ ਪਿੰਡ ਦਾ ਮਸਲਾ ਹੈ ਤੁਹਾਡੇ ਧਿਆਨ ਵਿੱਚ ਵੀ ਹੋਣਾ ਕੀ ਮਸਲਾ ਪੂਰਾ ਹੈ ਦੇਖੋ ਜੀ ਸਾਡਾ ਤਾਂ ਦਿਲ ਪਸੀਜ ਗਿਆ ਇਸ ਗੱਲ ਨੂੰ ਸੁਣ ਕੇ ਕਿ ਗਰੀਬ ਆਦਮੀ ਦਾ ਜਿਹੜਾ ਪੈਸਾ ਉਹ ਕਿਸੇ ਠਗਾ ਨੇ ਠੱਗ ਲਿਆਏ ਔਰ ਮੇਰੇ ਕੋਲ ਵੀ ਇਹ ਆਏ ਸੇ ਉਦੋਂ ਵੇਲੇ ਮੈਨੂੰ ਇਹਨਾਂ ਨੇ ਕਿਹਾ ਸੀ ਕਿ ਕਿਸੇ ਨੇ ਪੈਸੇ ਇੱਧਾ ਲੈ ਲਏ ਆ। ਉਹ ਸਾਨੂੰ ਦਵਾਏ ਜਾਣ। ਬਟ ਉਹ ਮੈਂ ਵੀ ਥਾਣੇ ਗੜਸ਼ੰਕਰ ਪੈਸੇ ਚ ਸਾਬ ਨੂੰ ਵੀ ਬੇਨਤੀ ਕੀਤੀ ਥੋੜੇ ਬਹੁਤੇ ਇਹਨਾਂ ਦਿੱਤੇ ਉਦੋਂ ਬਾਅਦ ਇਸ ਗੱਲ ਦਾ ਪਤਾ ਹੀ ਨਹੀਂ ਲੱਗਿਆ ਹੈ ਵੀ ਉਹ ਬੰਦੇ ਕਿਹਨਾਂ ਇਹਨਾਂ ਨੇ ਫੋਨ ਵੀ ਬੰਦ ਕਰ ਲਏ। ਆ ਹੁਣ ਫਿਰ ਤਾਂ ਮੈਨੂੰ ਪਤਾ ਲੱਗਿਆ ਵੀ ਇਹਨਾਂ ਨੇ ਵਿਜੀਲੈਂਸ ਦੇ ਵਿੱਚ ਜੜੀ ਹੈ ਉਹ ਸ਼ਿਕਾਇਤ ਕੀਤੀ ਸੀ ਤੇ ਉਹ ਬੰਦੇ ਹੁਣ ਅਰੈਸਟ ਹੋ ਗਏ ਆ। ਔਰ ਅਸੀਂ ਤਾਂ ਇਹ ਕਹਿੰਨੇ ਵੀ ਇਹੋ ਜਿਹੇ ਜਿਹੜੇ ਵਿਚਾਰੀ ਗਰੀਬ ਪਰਿਵਾਰ ਆ ਜਿਨ੍ਹਾਂ ਨਾਲ ਠੱਗੀ ਹੋ ਗਈ ਹੈ ਹੋਰ ਪਤਾ ਨਹੀਂ ਕਿੰਨੇ ਘਟਾਗ ਹੋ ਗਏ ਉਹਨੇ ਇਹ ਉਹਨਾਂ ਬੰਦਿਆਂ ਕੋਲ ਤਬਦੀਸ਼ ਜਿਹੜੀ ਹੈ ਇਹ ਪੰਜਾਬ ਪੁਲਿਸ ਜਿਹਦਾ ਕੋਲ ਵੀ ਹੈਗਾ ਇਹ ਰੈਸਟ ਹੋਈ ਹੈ ਤਬਦੀਸ਼ ਕਰਕੇ ਇਹੋ ਜਿਹੇ ਗਰੀਬ ਵਿਅਕਤੀਆਂ ਦੇ ਪੈਸੇ ਦਵਾਏ ਜਾਣੇ ਵਿਚਾਰੇ ਦਿਹਾੜੀ ਦਾ ਰਹਿ ਗਈ ਹੈ ਔਰ ਆਪਣੇ ਬੱਚੇ ਦੀ ਨੌਕਰੀ ਲਈ ਹਰ ਬੰਦਾ ਹਰ ਹੀਲਾ ਕਰਦਾ ਕਿਤੇ ਉਹ ਚੱਕ ਕੇ ਪੈਸੇ ਦਿੰਦਾ ਇਹਨਾਂ ਨੇ ਵਿਚਾਰਿਆਂ ਨੇ ਐਦਾਂ ਇਕੱਠੇ ਕਰਕੇ ਜੋ ਪੈਸਾ ਦਿੱਤਾ ਹੈ ਇੱਕ ਤਾਂ ਪੈਸੇ ਫਸ ਗਏ ਇੱਕ ਬੱਚੇ ਬੇਰੁਜ਼ਗਾਰ ਬੈਠਿਆ ਔਰ ਇਹ ਵਿਚਾਰੇ ਡਿਪਰੈਸ਼ਨ ਚ ਹੈ ਉਹ ਪੈਸਾ ਪੂਰਾ ਕਿਦਾਂ ਹੋਏਗਾ ਅਸੀਂ ਤਾਂ ਇਸ ਗੱਲ ਦੀ ਮੰਗ ਕਰਦੇ ਆਂ ਔਰ ਸਰਕਾਰ ਕੋਲੋਂ ਵੀ ਮੰਗ ਕਰਦੇ ਆ ਉਹ ਮਾਨਯੋਗ ਅਦਾਲਤ ਵਿੱਚ ਜੇ ਕੇਸ ਚੱਲਦਾ ਤਾਂ ਉਹਨਾਂ ਤੋਂ ਵੀ ਅਸੀਂ ਵਿਸ਼ਵਾਸ ਇਹ ਕਰਦੇ ਆਂ ਕਿ ਇਹਨਾਂ ਨੂੰ ਇਨਸਾਫ ਮਿਲੇ ਇਹਨਾਂ ਦੇ ਵਿਚਾਰਿਆਂ ਗਰੀਬਾਂ ਦੇ ਇਹਨਾਂ ਦੇ ਨਾਲ-ਨਾਲ ਜਿਹੜੇ ਲੱਖਾਂ ਹੀ ਹੋਰ ਕੋਈ ਰੁਪਈਏ ਕਿਸੇ ਦੇ ਫਸੇ ਜਿੱਦਾਂ ਇਹਨਾਂ ਦੇ ਦਸਤਾਵੇਜ਼ ਮੁਤਾਬਕ ਹੈ ਉਹ ਵੀ ਦਵਾਏ ਜਾਣ ਸੋ ਅਸੀਂ ਪਰਿਵਾਰ ਨਾਲ ਗੱਲਬਾਤ ਕੀਤੀ ਹੈ सुरेंद्र ਸਿੰਘ ਜੀ ਨਾਲ ਗੱਲਬਾਤ ਕੀਤੀ ਹੈ ਉੱਥੇ ਮੋਹਨ ਸਿੰਘ ਥਿਆੜਾ ਜਿਹੜੇ ਸਾਬਕਾ ਮਾਰਕੀਟ ਕਮੇਟੀ ਦੇ ਚੇਅਰਮੈਨ ਵੀ ਨੇ ਤੇ ਪਿੰਡ ਦੇ ਸਰਪੰਚ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਇਹ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ ਤੇ ਜਿਹੜਾ ਪੈਸਾ ਵੀ ਹੈ ਜਿਹੜਾ ਫਰੋਡ ਇਹਨਾਂ ਨਾਲ ਹੋਇਆ ਉਹ ਵੀ ਪੈਸੇ ਕਿਸੇ ਕੋਲ ਇਕੱਠੇ ਕਰਕੇ ਜਾਂ ਕਿਸੇ ਤੋਂ ਉਧਾਰੇ ਲੈ ਕੇ ਦਿੱਤੇ ਗਏ ਨੇ ਉੱਥੇ ਇਹਨਾਂ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਦੇ ਵਿਰੁੱਧ ਜਲਦ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੇ ਪੈਸੇ ਮੁੜੇ ਜਾਣ ਗੜਸ਼ੰਕਰ ਤੋਂ ਸੰਜੀਵ ਕੁਮਾਰ న్యూਸ 18 ਪੰਜਾਬ